हेलो फ्रेंड्स टुडेस टॉपिक इज टॉक अबाउट अ फाउंटेन दैट यू रियली लाइकड किसे फाउंटेन बारे दसो जिनु के तुसी पसंद ਕੀਤਾ ਹੋਵੇ सो गाइस इफ यू आर वाचिंग माय वीडियो फर्स्ट टाइम देन प्लीज लाइक शेयर एंड सब्सक्राइब माय चैनल सो लेट्स गेट स्टार्टेड लेट्स डिस्कस अबाउट इट्स क्यूज वेयर इट इज ए किथे है हाउ डू यू नो अबाउट इट तो ਤੁਹਾਨੂੰ ਇਸ ਬਾਰੇ ਕਿਵੇਂ ਪਤਾ ਲੱਗਿਆ ਕਿਵੇਂ ਜਾਣਦੇ ਹੋ ਇਸ ਬਾਰੇ பட் ਮੇਕਸ ਇਟ ਸਪੈਸ਼ਲ ਕਿਹੜੀ ਚੀਜ਼ ਇਹ ਨੂੰ ਸਪੈਸ਼ਲ ਬਣਾਉਂਦੀ ਹੈ How do you feel about it ate tusi iste bare ki feel karde ho Well fountains play an indispensable role to enhance the beauty of a place fountains bahut important role play karde hai kisi bhi place di beauty nu badhaun de vich We can see fountains in various places like in gardens shopping malls and marriage palaces palaces assi bahut sariyan jehde jagah te fountains dekh sakde hai jimmike gardens shopping malls and marriage palaces de vich ਟੁਡੇ ਆਮ ਗੋਇੰਗ ਟੂ ਟਾਕ ਅਬਾਊਟ ਅ ਟਾਈਮ ਬੈਨ ਆਈ ਸਾ ਅ ਫਾਊਂਟੇਨ ਅੱਜ ਮੈਂ ਉਸ ਟਾਈਮ ਬਾਰੇ ਗੱਲ ਕਰਨ ਜਾ ਰਿਹਾ ਜਦੋਂ ਮੈਂ ਇੱਕ ਫਾਊਂਟੇਨ ਦੇਖਿਆ ਇਟ ਹੈਪਨਡ ਲਾਸਟ ਮੰਥ ਵੈਨ ਆਈ ਅਟੈਂਡਡ ਮਾਈ ਕਜ਼ਨਸ ਵੈਡਿੰਗ ਐਂਡ ਵਿਜ਼ਿਟਡ ਦਾ ਰਾਇਲ ਪੈਲੇਸ ਇਨ ਸੰਗਰੂਰ ਇਹ ਲਾਸਟ ਮੰਥ ਦੀ ਗੱਲ ਹੈ ਜਦੋਂ ਮੈਂ ਮੇਰੇ ਕਜ਼ਨ ਦੀ ਵੈਡਿੰਗ ਅਟੈਂਡ ਕੀਤੀ ਸੀ ਤੇ ਅਸੀਂ ਰਾਇਲ ਪੈਲੇਸ ਸੰਗਰੂਰ ਦੇ ਵਿੱਚ ਵਿਜ਼ਿਟ ਕੀਤਾ ਸੀ ਵੈਨ ਆਈ ਐਂਟਰ ਦਾ ਪੈਲੇਸ ਆਈ ਗਾਟ ਸਰਪ੍ਰਾਈਜ਼ ਟੂ ਸੀ ਦਾ ਬਿਊਟੀ ਆਫ ਥੈਟ ਪਲੇਸ ਜਦੋਂ ਮੈਂ ਪਲੇਸ ਉਸ ਪੈਲੇਸ ਦੇ ਵਿੱਚ ਐਂਟਰ ਹੋਇਆ ਤਾਂ ਮੈਂ ਬਹੁਤ ਸਰਪ੍ਰਾਈਜ਼ ਹੋਇਆ ਉਸ ਦੀ ਬਿਊਟੀ ਨੂੰ ਦੇਖ ਕੇ ਉਸ ਜਗ੍ਹਾ ਦੀ ਇਟ ਵਾਸ ਡੈਕੋਰੇਟਡ ਵਿਦ ਕਲਰਫੁਲ ਫਲਾਵਰਸ ਐਂਡ ਲਾਈਟਸ ਜਿਹੜੀ ਕਿ ਜਿਹੜਾ ਉਹ ਪੈਲੇਸ ਸੀਗਾ ਉਹ ਕਲਰਫੁਲ ਫਲਾਵਰਸ ਐਂਡ ਲਾਈਟਸ ਨਾਲ ਡੈਕੋਰੇਟ ਕੀਤਾ ਹੋਇਆ ਸੀ ਬਟ ਪਨ ਥਿੰਗ ਵਿਚ ਫੈਸੀਨੇਟਡ ਮੀ ਆ ਲੋਟ ਬੋਜ਼ ਆ ਫਾਉਂਟੇਨ ਵਿਚ ਇਸ ਸਿਚੁਏਟਿਡ ਇਨ ਥੈਟ ਪਲੇਸ ਪਰ ਇੱਕ ਚੀਜ਼ ਇਹਨੇ ਕਿ ਮੈਨੂੰ ਬਹੁਤ ਫੈਸੀਨੇਟ ਕੀਤਾ ਅਟਰੈਕਟ ਕੀਤਾ ਉਹ ਸੀਗਾ ਇੱਕ ਫਾਉਂਟੇਨ ਜੋ ਕਿ ਉੱਥੇ ਸੀਗਾ ਉਸ ਪਲੇਸ ਦੇ ਵਿੱਚ ਇਟ ਵਾਸ ਹਿਊਜ ਐਂਡ ਸਰਕੂਲਰ ਇਨ ਸ਼ੇਪ ਐਸ ਵੈਲ ਐਸ ਆਲਮੋਸਟ 12 ਫੀਟ ਟਾਲ ਉਹ ਹਿਊਜ ਸੀਗਾ ਜਿਹੜਾ ਫਾਊਂਟੇਨ ਸੀਗਾ ਐਂਡ ਸ਼ੇਪ ਦੇ ਵਿੱਚ ਸਰਕੂਲਰ ਸੀ ਤੇ ਆਲਮੋਸਟ ਉਹ 12 ਫੀਟ ਲੰਬਾ ਸੀਗਾ देयर ਵਰ ਮੈਨੀ ਕਾਈਂਡਸ ਆਫ ਫਲਾਵਰਸ ਨੀਅਰ ਦਾ ਫਾਊਂਟੇਨ ਬਹੁਤ سارے ਫਲਾਵਰਸ ਸੀ ਉਸ ਫਾਊਂਟੇਨ ਦੇ ਨੇੜੇ ਇਟ ਇਜ਼ ਸਰਾਊਂਡਡਡ ਬਾਇ ਅ ਪਲੇਥੋਰ ਆਫ ਮਾਰਬਲਸ ਇਸ ਤੋਂ ਇਲਾਵਾ ਉਹ ਸਰਾਊਂਡਡਡ ਸੀਗਾ ਉਹਦੇ ਸੀਗੇ ਮਾਰਬਲ ਲੱਗੇ ਹੋਏ ਸੀ ਆਲੇ ਦੁਆਲੇ ਆਈ ਵਾਸ ਮੈਸਮਰਾਇਜ਼ ਟੂ ਸੀ ਦਾ ਅਮੇਜ਼ਿੰਗ 뷰 ਆਫ ਥਿਸ ਫਾਊਂਟੇਨ ਮੈਂ ਬਹੁਤ ਮੈਸਮਰਾਇਜ਼ ਹੋਇਆ ਉਸ ਅਮੇਜ਼ਿੰਗ ਬਿਊ ਨੂੰ ਦੇਖ ਕੇ ਫਾਉਂਟੇਨ ਦੇ ਨੂੰ ਇਨ ਐਡੀਸ਼ਨ ਟੂ ਥਿਸ देयर वर ਲਾਟਸ ਆਫ ਐਲਈਡੀਜ਼ ਵਿਚ ਵਰ ਲੋਕੇਟਿਡ ਇਨ ਇਟ ਐਂਡ ਮੇਕਸ ਇਟ ਮੋਰ ਅਟਰੈਕਟਿਵ ਇਸ ਤੋਂ ਇਲਾਵਾ ਬਹੁਤ ਸਾਰੀਆਂ ਐਲਈਡੀਜ਼ ਵੀ ਲੱਗੀਆਂ ਹੋਈਆਂ ਸੀ ਉਥੇ ਜੇ ਉਹਦੇ ਵਿੱਚ ਸੀਗੀਆਂ ਫਾਉਂਟੇਨ ਦੇ ਵਿੱਚ ਜੋ ਕਿ ਇਸ ਦੀ ਸੁੰਦਰਤਾ ਨੂੰ ਹੋਰ ਵਧਾ ਰਹੀਆਂ ਸੀ ਅਟਰੈਕਟਿਵ ਲੱਗ ਰਿਹਾ ਸੀ ਉਹਦੇ ਨਾਲ ਇਹ ਆਈ ਕਲਿੱਕਡ ਨਿਊਮਰਸ ਪਿਕਚਰਸ देयर ਐਂਡ ਆਲਸੋ ਲਿਸਨ ਟੂ ਦਾ ਸਾਉਂਡ ਆਫ ਫਾਲਿੰਗ ਵਾਟਰ ਮੈਂ ਬਹੁਤ ਸਾਰੀਆਂ ਪਿਕਚਰਸ ਕਲਿੱਕ ਕੀਤੀਆਂ ਉਥੇ ਐਂਡ ਮੈਂ ਜਿਹੜਾ ਫਾਲਿੰਗ ਵਾਟਰ ਸੀਗਾ ਉਸ ਦਾ ਸਾਊਂਡ ਵੀ ਸੁਣਿਆ ਨਾਟ ਓਨਲੀ ਮੀ ਬਟ एवरीवन ਵਾਸ ਕਿਊਰੀਅਸ ਟੂ ਟੇਕ ਪਿਕਚਰਸ ਵਿਦ ਥੈਟ ਫਾਊਂਟੇਨ ਇਕੱਲਾ ਮੈਂ ਹੀ ਨਹੀਂ ਜਿਹੜੇ ਹੋਰ ਵੀ ਸੀਗੇ ਸਾਰੇ ਉਹ ਵੀ ਕਿਊਰੀਅਸ ਸੀਗੇ ਉਥੇ ਪਿਕਚਰਸ ਲੈਣ ਲਈ ਫਾਊਂਟੇਨ ਤੇ ਡਿਸਪਾਈਟ ਦਾ ਫੈਕਟ ਥੈਟ ਆਈ ਸੋ ਮੈਨੀ ਫਾਊਂਟੇਨਸ ਇਨ ਮਾਈ ਲਾਈਫ ਬਟ ਦਾ ਬਟ ਥੈਟ ਵਨ ਵਾਸ ਮਾਈ ਫੇਵਰਿਟ ਬਿਕਾਜ਼ ਇਟ ਵਾਸ ਯੂਨੀਕ ਐਂਡ ਕਵਾਈਟ ਬਿਊਟੀਫੁਲ ਡਿਸਪਾਈਟ ਦਾ ਫੈਕਟ ਦੈਟ ਆਲਦੋ ਦੀ ਜਗ੍ਹਾ ਤੇ ਯੂਜ਼ ਕਰ ਸਕਦੇ ਆ ਭਾਵੇਂ ਕਿ ਮੈਂ ਬਹੁਤ ਸਾਰੇ ਫਾਊਂਟੇਨਸ ਦੇਖੇ ਮੇਰੀ ਲਾਈਫ ਦੇ ਵਿੱਚ ਪਰ ਜਿਹੜਾ ਉਹ ਵਾਲਾ ਸੀਗਾ ਉਹ ਮੇਰਾ ਫੇਵਰਿਟ ਹੈ ਕਿਉਂਕਿ ਉਹ ਯੂਨੀਕ ਐਂਡ ਬਹੁਤ ਬਿਊਟੀਫੁਲ ਸੀਗਾ ਆਈ ਕੈਨ ਨੈਵਰ ਫੋਰਗੇਟ ਦੈਟ ਟਾਈਮ ਇਨ ਮਾਈ ਲਾਈਫ ਸੋ ਮੈਂ ਉਹ ਟਾਈਮ ਮੇਰੀ ਲਾਈਫ ਦੇ ਵਿੱਚ ਕਦੇ ਨਹੀਂ ਭੁੱਲ ਸਕਦਾ ਸੋ ਗਾਇਜ਼ ਦੈਟਸ ਆਲ ਥੈਂਕਸ ਫਾਰ ਵਾਚਿੰਗ ਮਾਈ ਵੀਡੀਓ